हेलो एवरीवन, तुहाडे सारिआं दा स्वागत है तुहाडे अपने यूट्यूब चैनल इट्स जीके गुरु जी ते। दोस्तो, अज दी वीडियो दे विच आपां डिस्कस करांगे एनटीटी दीआं जिहड़ीआं नवीआं वैकेंसीआं आईआं ने उहदे बारे। काफ़ी स्टूडेंट्स दे सानूं मैसेज आए ने कि सर सानूं दस्सो कि एनटीटी दे जिहड़े सर्टिफिकेट बनाए जा रहे ने मार्केट दे विच, उह इहनां वैकेंसीआं दे विच चलणगे जां नहीं। इस दे बारे आपां पूरा खुलासा इस वीडियो दे विच करांगे दोस्तो। सो वीडियो नूं तुसीं अंत तक वेखणा है जिस नाल तुहानूं इस दा पूरा फायदा मिल सके। तो इस वीडियो में तुसी वध तों वध शेयर करना है तां जो तुहाडे बाकी साथियों नूं भी इस दे बारे पता चल सके। शुरू करते हैं अज दी वीडियो नूं। दोस्तों, सब तो पहला आपां गल करांगे जिहड़ा ऑफिशियल नोटिफिकेशन जारी किया है पंजाब सरकार ने एन टी टी दी रिक्रूटमेंट के वास्ते, उस दे विच की कुछ दिता गया है ये सब आपां इस नोटिफिकेशन तो पढ़ लैंदे हां। दोस्तों, ये जिहड़ा नोटिफिकेशन है ये ऑफिशियल नोटिफिकेशन है। ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਵੇਖਦੇ ਹਾਂ ਦੋਸਤੋ ਕਿ ਜਿਹੜੇ ਫੋਰਮ ਨੇ ਉਹ ਕਦੋਂ ਤੋਂ ਅਪਲਾਈ ਹੋਣਾ ਸ਼ੁਰੂ ਹੋਣਗੇ। ਜਿਹੜੇ ਔਨਲਾਈਨ ਫੋਰਮ ਨੇ ਦੋਸਤੋ, ਉਹ ਇਸ ਵੈਬਸਾਈਟ ਦੇ ਉੱਤੇ ਜਿਹੜੇ ਨੇ 1/12/2020 ਤੋਂ ਲੈ ਕੇ 21/12/2020 ਤੱਕ ਜਿਹੜੇ ਨੇ ਅਪਲਾਈ ਹੋਣਗੇ। ਇੱਥੋਂ ਤੁਸੀਂ ਆਪਣਾ ਫੋਰਮ ਜਿਹੜਾ ਹੈ ਅਪਲਾਈ ਕਰ ਸਕਦੇ ਹੋ। ਇਸ ਤੋਂ ਬਾਅਦ ਆਪਾਂ ਇਹਦੀ ਪੋਸਟ ਦੀ ਗੱਲ ਕਰਦੇ ਹਾਂ ਕਿ ਇਹਦੇ ਵਿੱਚ ਜਿਹੜੀ ਵੈਕੈਂਸੀ ਹੈ ਉਹ ਕਿੰਨੀ ਹੈਗੀ ਹੈ। ਤਾਂ ਦੋਸਤੋ, ਇਹਦੇ ਵਿੱਚ ਜਿਹੜੀ ਵੈਕੈਂਸੀ ਹੈ ਉਹ ਹੈਗੀ ਹੈ 8,893 8,893 ਪ੍ਰੀ ਪ੍ਰਾਇਮਰੀ ਅਧਿਆਪਕ ਜਿਹੜੇ ਰੱਖਣੇ ਨੇ ਦੋਸਤੋ, ਉਹਦੇ ਲਈ ਜਿਹੜਾ ਹੈ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਅਤੇ ਇਹਦੇ ਲਈ ਜਿਹੜੀ ਯੋਗਤਾ ਹੈ ਉਹ ਕੀ ਕੁਝ ਹੋਵੇਗੀ, ਇਹ ਸਭ ਆਪਾਂ ਇਸ ਨੋਟੀਫਿਕੇਸ਼ਨ ਵਿੱਚ ਪੜ੍ਹਦੇ ਹਾਂ। ਸਭ ਤੋਂ ਪਹਿਲਾਂ ਦੋਸਤੋ, ਆਪਾਂ ਗੱਲ ਕਰਦੇ ਹਾਂ ਕਿ ਇਹਦੇ ਵਿੱਚ ਜਿਹੜੀ ਅਸਾਮੀਆਂ ਦੀ ਵੰਡ ਕਿਸ ਪ੍ਰਕਾਰ ਕੀਤੀ ਗਈ ਹੈ। ਇਹਦੇ ਵਿੱਚ ਜਿਹੜੀ ਜਨਰਲ ਕੈਟਾਗਰੀ ਹੈ ਦੋਸਤੋ, ਉਹਦੇ ਲਈ ਅਸਾਮੀਆਂ ਨੇ 3,273 ਕਿੰਨੀਆਂ ਨੇ ਦੋਸਤੋ, 3,273 ਜਿਹੜੀਆਂ ਪੋਸਟਾਂ ਨੇ ਉਹ ਜਨਰਲ ਕੈਟਾਗਰੀ ਨੂੰ ਦਿੱਤੀਆਂ ਗਈਆਂ ਨੇ। ਉਸ ਤੋਂ ਬਾਅਦ ਆਪਣੇ ਕੋਲ ਹੈ ਜੀ ਏ ਸੀ ਕੈਟਾਗਰੀ ਜਿਹੜੇ ਐੱਮ ਬੀ ਨੇ, ਏ ਸੀ ਕੈਟਾਗਰੀ ਜਿਹੜੇ ਐੱਮ ਬੀ ਨੇ ਉਹਨਾਂ ਲਈ 840, ਏ ਸੀ ਕੈਟਾਗਰੀ ਆਰ ਓ ਨੇ ਜਿਹੜੇ ਉਹਨਾਂ ਲਈ 839। ਇਸੇ ਪ੍ਰਕਾਰ ਜਿਹੜੇ ਸਾਬਕਾ ਫੌਜੀ ਨੇ ਜਿਹੜੇ ਐੱਮ ਬੀ ਯਾਨੀ ਏ ਸੀ ਕੈਟਾਗਰੀ ਦੇ ਵਿੱਚ ਐੱਮ ਬੀ ਸਾਬਕਾ ਫੌਜੀ ਨੇ ਉਹਨਾਂ ਲਈ 168। ਇਸੇ ਤਰ੍ਹਾਂ ਸਾਬਕਾ ਫੌਜੀ ਜਿਹੜੇ ਆਰ ਓ ਵਿੱਚ ਆਉਂਦੇ ਨੇ ਉਹਨਾਂ ਲਈ ਵੀ 168 ਪੋਸਟਾਂ ਨੇ। ਇਸ ਤੋਂ ਬਾਅਦ ਆਪਾਂ ਬਾਕੀ ਪੋਸਟਾਂ ਵੇਖ ਲੈਂਦੇ ਹਾਂ। ਨੈਕਸਟ ਆਪਣੇ ਕੋਲ ਹੈ ਜੀ ਜਿਹੜੇ ਐੱਮ ਬੀ ਵਿੱਚ ਖਿਡਾਰੀ ਜਿਹੜੇ ਆਉਂਦੇ ਨੇ ਉਹਨਾਂ ਲਈ ਪੋਸਟਾਂ ਹੈਗੀਆਂ ਨੇ ਦੋਸਤੋ 42। ਇਸੇ ਤਰ੍ਹਾਂ ਆਰ ਓ ਵਿੱਚ ਜਿਹੜੇ ਖਿਡਾਰੀ ਨੇ ਉਹਨਾਂ ਲਈ ਪੋਸਟਾਂ ਨੇ 42। ਇਸ ਤੋਂ ਬਾਅਦ ਹੈ ਜੀ ਪਛੜੀ ਸ਼੍ਰੇਣੀ ਯਾਨੀ ਬੀ ਸੀ, ਬੀ ਸੀ ਦੀਆਂ ਪੋਸਟਾਂ ਨੇ ਦੋਸਤੋ 839। ਬੀ ਸੀ ਦੀਆਂ ਕਿੰਨੀਆਂ ਪੋਸਟਾਂ ਨੇ, 839। ਇਸ ਤੋਂ ਬਾਅਦ ਬੀ ਸੀ ਸਾਬਕਾ ਫੌਜੀ ਉਹਨਾਂ ਲਈ 168। ਉਸ ਤੋਂ ਬਾਅਦ ਹੈ ਜੀ ਖਿਡਾਰੀ ਜਨਰਲ, ਜਨਰਲ ਦੇ ਵਿੱਚ ਜਿਹੜੇ ਖੇਡਾਂ ਸੰਬੰਧੀ ਕੈਟਾਗਰੀ ਨੇ ਉਹਨਾਂ ਨਾਲ ਹੈਗੀਆਂ ਜੀ ਪੋਸਟਾਂ ਉਹਨਾਂ ਕੋਲ 167। ਉਸ ਤੋਂ ਬਾਅਦ ਹੈਗੇ ਨੇ ਜੀ ਆਜ਼ਾਦੀ ਘੁਲਾਟੇ, ਉਹਨਾਂ ਲਈ ਹੈਗੀਆਂ ਨੇ 84। ਉਸ ਤੋਂ ਬਾਅਦ ਵੇਖਦੇ ਹਾਂ ਦੋਸਤੋ, ਉਸ ਤੋਂ ਬਾਅਦ ਹੈ ਜੀ ਆਪਣੇ ਕੋਲ ਸਾਬਕਾ ਫੌਜੀ ਜਿਹੜੇ ਜਨਰਲ ਕੈਟਾਗਰੀ ਵਿੱਚ ਹੈਗੇ ਨੇ ਉਹਨਾਂ ਲਈ ਪੋਸਟਾਂ ਨੇ 588। ਉਸ ਤੋਂ ਬਾਅਦ ਜਿਹੜੀ ਡਿਸੇਬਿਲਿਟੀ ਨਾਲ ਸੰਬੰਧਿਤ ਪੋਸਟਾਂ ਨੇ ਉਹ ਵੀ ਆਪਾਂ ਥੋੜ੍ਹਾ ਵੇਖ ਲੈਂਦੇ ਹਾਂ ਦੋਸਤੋ। ਇਹਦੇ ਵਿੱਚ ਵਿਜੂਅਲੀ ਇੰਪਾਇਰਡ ਜਿਹੜੇ ਹੈਗੇ ਨੇ ਉਹ ਹੈਗੇ ਨੇ 84। ਇਹਨਾਂ ਵਿੱਚ ਸਾਰੀ ਕੈਟਾਗਰੀ ਵਿੱਚ 84-84 ਹੀ ਪੋਸਟਾਂ ਦਿੱਤੀਆਂ ਗਈਆਂ ਨੇ। ਇਸ ਤੋਂ ਬਾਅਦ ਜਿਹੜਾ ਹੈ ਖਾਸ ਕਰਕੇ ਦੋਸਤੋ ਇਸ ਵਿੱਚ ਜਿਹੜਾ ਹੈ ਹੁਣ ਵੱਧ ਫੋਰਮ ਅਪਲਾਈ ਹੋ ਰਹੇ ਨੇ। ਆ ਹੈਗਾ ਦੋਸਤੋ ਆਪਣੇ ਕੋਲ ਜਰਨਲ ਦੇ ਵਿੱਚ ਜਿਹੜਾ EWS ਦਾ ਫੋਰਮ ਬਣਦਾ ਹੈ ਆਪਣੇ ਕੋਲ, ਇਕਨੋਮਿਕਲੀ ਵੀਕੁਅਲ ਸੈਕਸ਼ਨ ਫੋਰ ਜਰਨਲ ਕੈਟਾਗਰੀ, ਇਹਦੇ ਵਿੱਚ ਹੈਗੀਆਂ ਨੇ ਪੋਸਟਾਂ ਦੋਸਤੋ 839। ਅਤੇ ਟੋਟਲ ਪੋਸਟਾਂ ਕਿੰਨੀਆਂ ਹੈਗੀਆਂ ਨੇ, 8,893। ਇਸ ਤੋਂ ਬਾਅਦ ਦੋਸਤੋ ਆਪਾਂ ਵੇਖਦੇ ਹਾਂ ਕਿ ਇਹਦੇ ਵਿੱਚ ਕੀ ਵਿੱਦਿਅਕ ਯੋਗਤਾ ਉਹਨਾਂ ਨੇ ਮੰਗੀ ਹੈ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਵਿੱਦਿਅਕ ਯੋਗਤਾ ਦੀ, ਵਿੱਦਿਅਕ ਯੋਗਤਾ ਕੀ ਮੰਗੀ ਗਈ ਹੈ। ਸਭ ਤੋਂ ਪਹਿਲਾਂ ਲਿਖਿਆ ਗਿਆ ਦੋਸਤੋ, ਸੰਭਾਵਿਤ ਉਮੀਦਵਾਰਾਂ ਨੂੰ ਸੀਨੀਅਰ ਸੈਕੰਡਰੀ ਸਕੂਲ ਕਲਾਸ 12ਵੀਂ ਇੰਟਰਮੀਡੀਏਟ ਦਾ ਸਰਟੀਫਿਕੇਟ ਜਾਂ ਇਸ ਦੇ ਬਰਾਬਰ ਦਾ ਮਾਨਤਾ ਪ੍ਰਾਪਤ ਬੋਰਡ ਜਾਂ ਸੰਸਥਾ ਤੋਂ ਘੱਟੋ ਘੱਟ 45% ਅੰਕ ਨਾਲ ਪਾਸ ਹੋਣਾ ਚਾਹੀਦਾ ਹੈ। ਯਾਨੀ ਤੁਹਾਡੇ ਕੋਲ ਪਲੱਸ ਟੂ ਹੋਣੀ ਚਾਹੀਦੀ ਹੈ ਜਾਂ ਇਸ ਦੇ ਇਕੁਇਲੈਂਟ ਕੋਈ ਅਜਿਹਾ ਕੋਰਸ ਹੋਣਾ ਚਾਹੀਦਾ ਹੈ ਮਾਨਤਾ ਪ੍ਰਾਪਤ, ਅਤੇ ਉਹਦੇ ਵਿੱਚ ਤੁਹਾਡੇ ਕੋਲ ਘੱਟੋ ਘੱਟ ਜਿਹੜੇ ਨੇ 45% ਨੰਬਰ ਹੋਣੇ ਜ਼ਰੂਰੀ ਨੇ। ਨੈਕਸਟ ਵੇਖਦੇ ਹਾਂ ਦੋਸਤੋ,
ਅਤੇ ਨਾਲ ਹੀ ਇਹਨਾਂ ਨੇ ਕਿਹਾ ਹੈ ਕਿ ਤੁਹਾਡੇ ਕੋਲ ਇੱਕ ਡਿਪਲੋਮਾ ਸਰਟੀਫਿਕੇਟ ਇਨ ਨਰਸਰੀ ਟੀਚਰ ਐਜੂਕੇਸ਼ਨ ਪ੍ਰੋਗਰਾਮ ਵਿੱਚ ਇੱਕ ਸਾਲ ਤੋਂ ਘੱਟ ਨਹੀਂ ਜਾਂ ਕੋਈ ਹੋਰ ਕੋਰਸ ਜੋ ਇਸ ਦੇ ਬਰਾਬਰ ਹੈ। ਯਾਨੀ ਤੁਹਾਡੇ ਕੋਲ ਘੱਟੋ ਘੱਟ ਜਿਹੜਾ ਹੈ ਇੱਕ ਸਾਲ ਦਾ ਨਰਸਰੀ ਟੀਚਰ ਐਜੂਕੇਸ਼ਨ ਪ੍ਰੋਗਰਾਮ ਨਾਲ ਸੰਬੰਧਿਤ ਕੋਈ ਕੋਰਸ ਕੀਤਾ ਹੋਣਾ ਚਾਹੀਦਾ ਹੈ ਜਾਂ ਇਸ ਦੇ ਇਕੁਇਲੈਂਟ ਕੋਈ ਕੋਰਸ ਹੋਣਾ ਚਾਹੀਦਾ ਹੈ। ਇੱਕ ਸਾਲ ਤੋਂ ਘੱਟ ਜਿਹੜਾ ਹੈ ਕੋਰਸ ਜਿਹੜਾ ਨਰਸਰੀ ਟੀਚਰ ਐਜੂਕੇਸ਼ਨ ਵਿੱਚ ਕੀਤਾ ਹੋਵੇਗਾ ਉਹ ਇਸ ਫੋਰਮ ਦੇ ਲਈ ਅਪਲਾਈ ਨਹੀਂ ਕਰ ਸਕਦੇ। ਨੈਕਸਟ ਵੇਖਦੇ ਹਾਂ ਆਪਾਂ। ਨੈਕਸਟ ਹੈਗਾ ਜੀ, ਸੰਭਾਵਿਤ ਉਮੀਦਵਾਰਾਂ ਨੂੰ ਲਾਜ਼ਮੀ ਜਾਂ ਚੋਣਵੇਂ ਵਿਸ਼ਿਆਂ ਵਿੱਚੋਂ ਪੰਜਾਬੀ ਨਾਲ ਦਸਵੀਂ ਦੀ ਪ੍ਰੀਖਿਆ ਪਾਸ ਕੀਤੀ ਹੋਣੀ ਚਾਹੀਦੀ ਹੈ। ਯਾਨੀ ਦਸਵੀਂ ਵਿੱਚ ਤੁਹਾਡੇ ਕੋਲ ਜਿਹੜਾ ਹੈ ਚੋਣਵਾਂ ਜਾਂ ਲਾਜ਼ਮੀ ਵਿਸ਼ਾ ਇੱਕ ਪੰਜਾਬੀ ਹੋਣਾ ਜ਼ਰੂਰੀ ਹੈ, ਤਾਂ ਹੀ ਤੁਸੀਂ ਇਸ ਫੋਰਮ ਨੂੰ ਅਪਲਾਈ ਕਰ ਸਕੋਗੇ। ਨੈਕਸਟ ਵੇਖਦੇ ਹਾਂ। ਨੈਕਸਟ ਦੋਸਤੋ ਦਿੱਤਾ ਹੈ ਇਹਨਾਂ ਨੇ ਕਿ ਇਹਨਾਂ ਪੋਸਟਾਂ ਦਾ ਜਿਹੜਾ ਹੈ ਉਹ ਚੋਣ ਕਿਵੇਂ ਕੀਤਾ ਜਾਵੇਗਾ। ਇਹਨਾਂ ਅਸਾਮੀਆਂ ਲਈ ਦੋਸਤੋ 100 ਨੰਬਰ ਦਾ ਟੈਸਟ ਤੁਹਾਡੇ ਕੋਲੋਂ ਲਿਆ ਜਾਵੇਗਾ, ਜਿਹਦੇ ਤੌਰ 'ਤੇ ਹੀ ਜਿਹੜੀ ਹੈ ਮੈਰਿਟ ਲਾਈ ਜਾਵੇਗੀ। ਇਸ ਤੋਂ ਇਲਾਵਾ ਵੀ ਇਹਨਾਂ ਨੇ ਕੁਝ ਅੰਕ ਦਿੱਤੇ ਨੇ, ਉਹ ਵੀ ਆਪਾਂ ਵੇਖ ਲੈਂਦੇ ਹਾਂ। ਇਸ ਤੋਂ ਬਾਅਦ ਦੋਸਤੋ ਇਹਨਾਂ ਨੇ ਦਿੱਤਾ ਹੈ ਕਿ ਜੇਕਰ ਕਿਸੇ ਕੋਲ ਗ੍ਰੈਜੂਏਸ਼ਨ ਹੈਗੀ ਹੈ, ਗ੍ਰੈਜੂਏਸ਼ਨ ਜੇਕਰ ਉਸ ਵਿੱਚ ਉਹਦਾ ਪਹਿਲਾ ਦਰਜਾ ਹੈ ਤਾਂ ਉਸਨੂੰ 5 ਅੰਕ ਦਿੱਤੇ ਜਾਣਗੇ, ਜੇ ਉਹਦਾ ਦੂਜਾ ਦਰਜਾ ਹੈਗਾ ਤਾਂ ਉਹਨੂੰ 3 ਅੰਕ ਅਤੇ ਤੀਜੇ ਦਰਜੇ ਨੂੰ ਜਿਹੜੇ ਨੇ 2 ਅੰਕ ਦਿੱਤੇ ਜਾਣਗੇ। ਨੈਕਸਟ ਵੇਖਦੇ ਹਾਂ। ਅਤੇ ਨਾਲ ਹੀ ਦੋਸਤੋ ਇਹਨਾਂ ਨੇ ਕਿਹਾ ਹੈ ਕਿ ਜਿਹੜੇ ਵੀ ਸਰਕਾਰੀ ਸਕੂਲਾਂ ਵਿੱਚ ਵਲੰਟੀਅਰ ਰੱਖੇ ਗਏ ਨੇ ਉਹਨਾਂ ਦੇ ਲਈ 10 ਨੰਬਰ ਦਿੱਤੇ ਗਏ ਨੇ, ਜਿਵੇਂ ਕਿ ਜਿਨ੍ਹਾਂ ਕੋਲ 10 ਸਾਲ ਦਾ ਐਕਸਪੀਰੀਅੰਸ ਹੈਗਾ ਹੈ ਸਰਕਾਰੀ ਸਕੂਲਾਂ ਤੋਂ, ਜਿਨ੍ਹਾਂ ਜਿਹੜੇ ਵੀ ਵਲੰਟੀਅਰ ਰੱਖੇ ਗਏ ਨੇ ਉਹਨਾਂ ਕੋਲ 10 ਸਾਲ ਦਾ ਐਕਸਪੀਰੀਅੰਸ ਹੈ ਤਾਂ ਉਹਨਾਂ ਨੂੰ 10 ਨੰਬਰ ਦਿੱਤੇ ਜਾਣਗੇ, ਜੇ ਉਹਨਾਂ ਕੋਲ 1 ਸਾਲ ਦਾ ਐਕਸਪੀਰੀਅੰਸ ਹੈ ਤਾਂ ਉਹਨਾਂ ਨੂੰ 1 ਨੰਬਰ ਦਿੱਤਾ ਜਾਵੇਗਾ, 2 ਸਾਲ ਦਾ ਹੈ ਤਾਂ 2 ਨੰਬਰ ਦਿੱਤੇ ਜਾਣਗੇ। ਯਾਨੀ 10 ਤੋਂ ਵੱਧ ਜਿਹੜੇ ਨੇ ਨੰਬਰ ਨਹੀਂ ਦਿੱਤੇ ਜਾਣਗੇ, 10 ਤੀਕਣ ਜਿਹੜੇ ਹੈ ਨੰਬਰ ਉਹਨਾਂ ਨੂੰ ਮਿਲਣਗੇ ਜੇਕਰ ਕਿਸੇ ਦਾ 10 ਸਾਲ ਦਾ ਐਕਸਪੀਰੀਅੰਸ ਹੈਗਾ। ਨੈਕਸਟ ਵੇਖਦੇ ਹਾਂ। ਇਸ ਤੋਂ ਬਾਅਦ ਦੋਸਤੋ ਆਪਾਂ ਗੱਲ ਕਰਦੇ ਹਾਂ ਉਮਰ ਸੀਮਾ ਦੀ। ਉਮਰ ਸੀਮਾ ਜਿਹੜੀ ਮਿਤੀ 1-1-2020 ਨੂੰ ਉਮਰ 18-37 ਸਾਲ ਦੇ ਦਰਮਿਆਨੀ ਹੋਣੀ ਚਾਹੀਦੀ ਹੈ। ਜਿਹੜੀ ਉਮਰ ਹੈ ਉਹ 18-37 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ 1-1-2020 ਤੀਕਣ। ਇਸ ਤੋਂ ਇਲਾਵਾ ਜਿਹੜੇ ਵੀ ਏਜ ਪਰ ਰੂਲ ਰੈਗੂਲੇਸ਼ਨ ਨੇ ਉਸਦੇ ਹਿਸਾਬ ਨਾਲ ਤੁਹਾਨੂੰ ਜਿਹੜੀ ਹੈ ਛੂਟ ਦਿੱਤੀ ਜਾਵੇਗੀ ਕੈਟਾਗਰੀ ਦੇ ਹਿਸਾਬ ਨਾਲ। ਜਿਵੇਂ ਕਿ ਜਿਹੜੀ BC ਕੈਟਾਗਰੀ ਹੈ ਉਹਨਾਂ ਨੂੰ 3 ਸਾਲ ਦੀ ਛੂਟ ਦਿੱਤੀ ਜਾਂਦੀ ਹੈ ਅਤੇ ਜਿਹੜੀ AC ਕੈਟਾਗਰੀ ਹੈ ਉਹਨਾਂ ਨੂੰ 5 ਸਾਲ ਦੀ ਛੂਟ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਜਿਹੜੇ ਸਾਬਕਾ ਫੌਜੀ ਨੇ ਉਹਨਾਂ ਨੂੰ ਵੀ ਛੂਟ ਦਿੱਤੀ ਜਾਵੇਗੀ। ਨੈਕਸਟ ਆਪਾਂ ਗੱਲ ਕਰਦੇ ਹਾਂ ਦੋਸਤੋ ਇਸ ਦੀ ਫੀਸ ਦੀ, ਕਿ ਇਸ ਦੇ ਵਿੱਚ ਫੀਸ ਕਿਸ ਤਰ੍ਹਾਂ ਰੱਖੀ ਗਈ ਹੈ। ਦੋਸਤੋ ਇਸ ਦੀ ਜਿਹੜੀ ਫੀਸ ਹੈ ਜੀ, ਜਰਨਲ ਅਤੇ ਹੋਰ ਕੈਟਾਗਰੀ ਦੇ ਉਮੀਦਵਾਰਾਂ ਲਈ ਜਿਹੜੀ ਹੈ 1000 ਰੁਪਏ ਰੱਖੀ ਗਈ ਹੈ। 1000 ਰੁਪਏ ਫੀਸ ਹੈਗੀ ਹੈ ਜਰਨਲ ਅਤੇ BC ਕੈਟਾਗਰੀ ਲਈ। ਇਸ ਤੋਂ ਇਲਾਵਾ ਰਿਜ਼ਰਵ ਕੈਟਾਗਰੀ AC, ST ਇਹਨਾਂ ਲਈ ਫੀਸ ਜਿਹੜੀ ਹੈ ਉਹ ਰੱਖੀ ਗਈ ਹੈ ਦੋਸਤੋ 500 ਰੁਪਏ। ਸਾਬਕਾ ਸੈਨਿਕ ਖੁਦ ਲਈ ਜਿਹੜੀ ਹੈ ਕੋਈ ਫੀਸ ਨਹੀਂ ਹੋਵੇਗੀ। ਨੈਕਸਟ ਆਪਾਂ ਗੱਲ ਕਰਦੇ ਹਾਂ। ਇਸ ਤੋਂ ਬਾਅਦ ਦੋਸਤੋ ਸਭ ਤੋਂ ਮਹੱਤਵਪੂਰਨ ਗੱਲ ਇਹ ਹੈਗੀ ਹੈ ਕਿ NTT ਦੀਆਂ ਪੋਸਟਾਂ ਦੇ ਲਈ ETT ਅਤੇ BED ਦੇ ਜਿਹੜੇ ਵੀ ਕੈਂਡੀਡੇਟ ਨੇ ਉਹ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਨੇ ਜਾਂ ਨਹੀਂ, ਇਸ ਦੇ ਬਾਰੇ ਆਪਾਂ ਗੱਲ ਕਰਦੇ ਹਾਂ। ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਦੋਸਤੋ NTT ਦੀ। ਜਿਨ੍ਹਾਂ ਕੋਲ NTT ਹੈ ਉਹ ਤਾਂ ਇਸ ਫੋਰਮ ਨੂੰ ਅਪਲਾਈ ਕਰਨਗੇ ਹੀ। ਇਸ ਤੋਂ ਇਲਾਵਾ ਦੋਸਤੋ ਆਪਾਂ ਗੱਲ ਕਰਦੇ ਹਾਂ ETT ਦੀ। ਜਿਨ੍ਹਾਂ ਵਿਦਿਆਰਥੀਆਂ ਕੋਲ ETT ਹੈਗੀ ਹੈ ਉਹ ਇਸ ਫੋਰਮ ਨੂੰ ਅਪਲਾਈ ਕਰ ਸਕਦੇ ਨੇ ਜਾਂ ਨਹੀਂ। ਤਾਂ ਦੋਸਤੋ ਇਸ ਦੇ ਬਾਰੇ ਅਜੇ ਓਫੀਸ਼ੀਅਲ ਸਾਈਟ ਦੇ ਵਿੱਚ ਕੋਈ ਵੀ ਨੋਟੀਫਿਕੇਸ਼ਨ ਜਿਹੜਾ ਹੈ ਨਹੀਂ ਪਾਇਆ ਗਿਆ ਹੈ ਕਿ ਇਹ ਜਿਹੜੇ ਇਸ ਨੂੰ ਅਪਲਾਈ ਕਰ ਸਕਦੇ ਨੇ ਜਾਂ ਨਹੀਂ। ਇਸ ਦੇ ਬਾਰੇ ਹਾਲੇ ਕੋਈ ਵੀ ਜਿਹੜਾ ਹੈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਹੈ। 1 ਤਾਰੀਖ ਨੂੰ ਜਿਹੜਾ ਹੈ ਉਹ ਫੋਰਮ ਅਪਲਾਈ ਹੋਣਾ ਸ਼ੁਰੂ ਹੋਣਗੇ, ਉਹਦੇ ਨਾਲ ਹੀ ਜਿਹੜਾ ਹੈ ਜੇਕਰ ਕੋਈ ਨੋਟੀਫਿਕੇਸ਼ਨ ਜਾਰੀ ਹੁੰਦਾ ਹੈ ਤਾਂ ਉਸ ਵਿੱਚ ਜਿਹੜਾ ਹੈ ਇਹ ਸਭ ਕੁਝ ਲਿਖਿਆ ਪਹਿਲਾਂ ਹੀ ਆ ਜਾਏਗਾ ਦੋਸਤੋ, ਉਹ ਮੈਂ ਤੁਹਾਨੂੰ ਨੋਟੀਫਿਕੇਸ਼ਨ ਦੇ ਰਾਹੀਂ ਪੜ੍ਹਾ ਦਿਆਂਗਾ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ BED ਦੀ। ਜਿਨ੍ਹਾਂ ਵਿਦਿਆਰਥੀਆਂ ਕੋਲ BED ਹੈਗੀ ਹੈ ਉਹ ਇਸ ਨੂੰ ਅਪਲਾਈ ਕਰ ਸਕਦੇ ਨੇ ਜਾਂ ਨਹੀਂ। ਤਾਂ BED ਦੇ ਵਾਸਤੇ ਦੋਸਤੋ ਇਹ ਅਪਲਾਈ ਨਹੀਂ ਕਰ ਸਕਦੇ, ਕਿਉਂਕਿ ਜਿਹੜਾ BED ਹੈਗਾ ਦੋਸਤੋ ਉਹ
नर्सरी जिहड़ा है टीचर ट्रेनिंग दे वास्ते नहीं हैगा है। इस दे लई जिहड़ा है बीएड वालियां लई इस दे विच कोई चांस नहीं हैगा है। ईटीटी वालियां लई चांस हो सकदा है, जेकर सरकार चाहे तां ईटीटी वालियां नूं इस विच शामिल कर सकदी है। इस तों बाद दोस्तों आपां गल करदे हां कि कई जिहड़े अदारे ने या कई इंस्टीट्यूट ने जिहड़े वो फेक सर्टिफिकेट बना के जिहड़े दे रहे ने एनटीटी दे, तां उस दे बारे आपां गल करदे हां कि वो किस हिसाब नाल जिहड़े फीस ले रहे ने ते वो किस तरह लोगों नूं लुट रहे ने। तां दोस्तों कई आपां वेख्या होगा कि एनटीटी दा जिहड़ा है सर्टिफिकेट जारी कर रहे ने 8500 रुपया विच, कह रहे ने कि 8500 रुपया विच असी तुहानूं जिहड़ा है एक साल दा सर्टिफिकेट जारी करके देंगे, जिहड़ा कि दोस्तों मेरे ख्याल नाल वैलिड नहीं होएगा, क्योंकि इस तरह बनाए गए जाली सर्टिफिकेट जिहड़े ने वो जदों डॉक्यूमेंट वेरीफिकेशन हुंदी है उदों सानू जिहड़े ने बाहर कढ दिता जांदा है। इस तों बाद एक होर भी सर्टिफिकेट जिहड़ा है वो अप्लाई होण दे लई जिहड़ा है लोकी बनवा रहे ने, वो भी जिहड़ा है फेक हैगा दोस्तों। 2 साल दा सर्टिफिकेट, 2 साल दा जिहड़ा है वो सर्टिफिकेट बना के दे रहे ने दोस्तों, उहदे लई जिहड़े ने 25,000 रुपए तिकन चार्ज कर रहे ने, जिहड़ा कि बिल्कुल फेक है दोस्तों। इन्हां तों बिल्कुल तुसीं बचना है, इस तरह दे जिहड़े फेक सर्टिफिकेट जारी कर रहे ने इन्हां तों तुसीं बचना है, इन्हां विच अपने पैसे तुसीं है नहीं लाउणे दोस्तों। इस तों इलावा मैं तुहानूं कहांगा कि तुसीं इग्नो तों जिहड़ा है अपना सर्टिफिकेट बनवाओ, भावें 1 साल तुहाडा लेट बन जाएगा पर वो बिल्कुल वैलिड होएगा दोस्तों। इग्नो जिहड़ी हैगी है इग्नो इंदिरा गांधी नेशनल ओपन यूनिवर्सिटी, इंदिरा गांधी नेशनल ओपन यूनिवर्सिटी जिहड़ी है वो इसनों जिहड़ा है एनटीटी दा जिहड़ा है सर्टिफिकेट बना के दे रही है दोस्तों, जिहड़ा कि बिल्कुल वैलिड होगा क्योंकि वो तुहानू 1 साल बाद जदों तुसी एग्जाम दियोगे उस तों बाद ही तुहानू दिता जाएगा। ये जिहड़ा कोर्स है जी इस दा नाम तुहाडे कोल तुसी वेख्या होगा रखिया गया जी DECE यानी डिप्लोमा इन अर्ली चाइल्ड एजुकेशन। ये जिहड़ा है जी कोर्स, ये इग्नो जिहड़ी है जी ये अप्लाई हो रहे ने, 30 तारीख जिहड़ी है इसकी लास्ट हैगी है जी। ये लई जिहड़ा है चार्ज कर रही जी इग्नो 3200 रुपए, किन्ना हैगा दोस्तों 3200 रुपए, जिहदे विच तुहानू जिहड़े ने फ्री जिहड़ी बुक्स ने वो मुहैया करवाइया जाणगियां। इस तों इलावा दोस्तों आपां गल करदे हां कि जेकर तुसीं इहदे विच बुक्स नहीं लेनियां ने तां तुहाडे कोल जिहड़ी फीस है इग्नो दी वो लगेगी दोस्तों 2750 रुपए, किन्ने लगेगी दोस्तों 2750 रुपए जेकर तुसीं बुक्स नहीं लेना चाहुंदे। इहदे विच तुहाडे कोल जिहड़ा है 3 एग्जाम होणगे दोस्तों, 3 पेपर देण तों बाद तुहानूं जिहड़ा है सर्टिफिकेट जारी कीता जाएगा, उस तों बाद जिहड़ा है तुसीं इस पोस्ट दे लई अप्लाई कर सकदे हो, क्योंकि जिहड़ी नई शिक्षा नीति है दोस्तों उहदे विच इह लिखिया गया है कि हर स्कूल दे विच जिहड़े ने वो नर्सरी टीचर जिहड़े ने वो रखे जाणगे, प्री नर्सरी टीचर जिहड़े ने वो रखे जाणगे। इस दे लई जिहड़ा जिन्हां विद्यार्थियों ने हाले तिकन ये डिप्लोमा नहीं किया है मैं उन्हां नूं सलाह देवांगा कि वो ये डिप्लोमा कर सकते हैं। कुछ लोगों ने दोस्तों अजिहियां अफवाहां उड़ाइया ने दोस्तों जिन्हां विच ये कहा गया है कि एनटीटी दियां पोस्टां इस तों बाद कदे नहीं आणगियां, बल्कि ये बिल्कुल गलत है दोस्तों, क्योंकि नई शिक्षा नीति जिहड़ी कि 2021 लागू होनी है उहदे विच ये स्पष्ट किया गया है दोस्तों कि हर स्कूल दे विच जिहड़ा है परी नर्सरी टीचर रखे जाणगे, वो बिल्कुल जरूरी। सो दोस्तों मैं तुहानूं यही कहना चाहांगा कि ये जिहड़े नकली सर्टिफिकेट बना के दे रहे ने एनटीटी दे 1 साल दे 2 साल दे, इन्हां विच अपने पैसे तुसीं बर्बाद नहीं करने ने, इन्हां एजेंटां तों तुसीं बचना है। जेकर दोस्तों वीडियो तुहानूं चंगी लगी होई तां वीडियो नूं लाइक करो ते वध तों वध अपने दोस्तां विच शेयर करो तां जो उन्हां नूं भी इस दे बारे पता लग सके ते वह भी इन्हां फ्रॉडां तों बच सकण। मिलते हैं जी नैक्सट वीडियो 'च, तब तक लई टेक केयर।